ਸਾਰੇ ਪੰਜਾਬੀਆਂ ਦੀ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਵਾਉਣ ਆ ਰਹੀ ਫਿਲਮ ਟੈਲੀਵਿਜ਼ਨ ਦਾ ਟ੍ਰੇਲਰ ਲਾਂਚ ਹੋ ਚੁੱਕਿਆ ਹੈ, ਜਿਸ 'ਚ ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖੜ ਲੀਡ ਰੋਲ 'ਚ ਵਿਖਾਈ ਦੇ ਰਹੇ ਨੇ। ਸਾਗਾ ਸਟੂਡੀਓ ਵੱਲੋਂ ਆ ਰਹੀ ਫਿਲਮ ਨੂੰ ਤਾਜ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਫਿਲਮ ਦੀ ਕਹਾਣੀ ਮਨੀ ਮਨਜਿੰਦਰ ਸਿੰਘ ਦੀ ਹੈ। ਫਿਲਮ 'ਚ ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਹਰਬੀ ਸੰਘਾ, ਪ੍ਰਿੰਸ ਕਵਲਜੀਤ ਅਤੇ ਬਨਿੰਦਰ ਬਨੀ ਇੰਪੋਰਟੈਂਟ ਰੋਲ 'ਚ ਵਿਖਾਈ ਦੇ ਰਹੇ ਨੇ। ਫਿਲਮ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਟ੍ਰੇਲਰ ਲਾਂਚ ਦੇ ਮੌਕੇ ਟੈਲੀਵਿਜ਼ਨ ਫਿਲਮ ਦੀ ਸਾਰੀ ਸਟਾਰ ਕਾਸਟ ਪਹੁੰਚੀ ਅਤੇ ਆਡੀਅੰਸ ਦੇ ਨਾਲ ਫਿਲਮ ਅਤੇ ਸ਼ੂਟਿੰਗ ਦੇ ਬਹੁਤ ਸਾਰੇ ਮਜ਼ੇਦਾਰ ਕਿੱਸੇ ਸ਼ੇਅਰ ਕੀਤੇ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਤੁਸੀਂ ਸਾਡੀ ਫਿਲਮ ਟੈਲੀਵਿਜ਼ਨ ਦੀ ਕਵਰੇਜ ਲਈ ਪਹੁੰਚੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੁਹਾਡੇ ਸਹਿਯੋਗ ਦੇ ਨਾਲ ਹੀ ਆਪਾਂ ਇਸ ਫਿਲਮ ਨੂੰ ਪ੍ਰਮੋਟ ਕਰ ਸਕਾਂਗੇ। ਟੈਲੀਵਿਜ਼ਨ ਇਸ ਮੂਵੀ ਦਾ ਜੋ ਕਿ ਟਾਈਟਲ ਹੈ ਉਹ ਮੈਂ ਬੜਾ ਲੱਕੀ ਹਾਂ ਕਿ ਇਸ ਫਿਲਮ ਮੇਰੇ ਹਿੱਸੇ ਆਈ ਹੈ, ਕਿਉਂਕਿ ਮੈਨੂੰ ਇੱਦਾਂ ਦੇ ਪੀਰੀਅਡ ਗਾਣੇ ਮੇਰੇ ਜਿੱਦਾਂ ਤੁਸੀਂ ਨੇ ਟਾਈਮ ਟੇਬਲ ਟੀਨਾ ਗਾਣੇ ਜਿੱਦਾਂ ਦੇ ਸਾਰੇ ਸੁਣੇ ਅਤੇ ਮੈਨੂੰ ਲੱਗਦਾ ਸੀ ਵੀ ਇਹ ਫਿਲਮ ਮੇਰੇ ਹਿੱਸੇ ਜ਼ਰੂਰ ਆਵੇ। ਜੋ ਸਮਾਂ ਮੈਨੂੰ ਉੱਦਾਂ ਦੇ ਸਮੇਂ ਜਾਂ ਜੋ ਪੀਰੀਅਡ ਚੀਜ਼ਾਂ ਜੁੜੀਆਂ ਨੇ ਜਦੋਂ ਉਸ ਸਿਨੇਮੇ 'ਤੇ ਜਾਂ ਆਪਾਂ ਕੈਮਰੇ ਮੂਹਰੇ ਉਹਨਾਂ ਨੂੰ ਪਰਫੋਰਮ ਕਰਦੇ ਤਾਂ ਬਹੁਤ ਚੰਗਾ ਲੱਗਦਾ। ਇਸ ਫਿਲਮ ਦੇ ਵਿੱਚ ਜੋ ਸਟੋਰੀ ਹੈ ਉਹ ਹਰ ਇੱਕ ਪਾਰਟ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਇਆ ਹੈਗਾ। ਮੇਰੇ ਪਿੰਡ ਦੇ ਵਿੱਚ ਪਹਿਲੀ ਵਾਰੀ ਜਦੋਂ ਟੀ ਵੀ ਆਇਆ ਸੀ ਸਾਡੇ ਪਿੰਡ ਇੱਕ ਕਿਸੇ ਹੋਰ ਘਰ ਟੀ ਵੀ ਸੀ, ਦੂਜਾ ਟੀ ਵੀ ਸਾਡੇ ਘਰ ਆਇਆ ਸੀ, ਉਹ ਮੈਂ ਪ੍ਰੋਪਰ ਜੋ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਸਾਰਾ ਪਿੰਡ ਆਲਮੋਸਟ ਇੱਕ ਘਰ ਦੇ ਵਿੱਚ ਆਉਂਦਾ ਸੀ ਦੇਖਣ। ਕੋਈ ਵੀ ਫੰਕਸ਼ਨ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਸੀਗਾ ਜਿੱਦਾਂ ਦਾ ਕੋਈ ਉਸ ਟਾਈਮ ਦੇ ਵਿੱਚ ਆਉਂਦਾ ਸੀ, ਮਹਾਭਾਰਤ ਲਾ ਲਓ ਜਿਹੜੇ ਦੋ ਚਾਰ ਐਪੀਸੋਡ ਆਉਣ ਲੈਂਦੇ ਸੀ, ਅਤੇ ਉਹ ਚੀਜ਼ਾਂ ਸਾਰੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ। ਮੈਨੂੰ ਬਹੁਤ ਚੰਗਾ ਲੱਗਿਆ ਇਸ ਫਿਲਮ ਨੂੰ ਆਪਣੇ ਆਪ ਨੂੰ ਇਸ ਫਿਲਮ ਦੇ ਵਿੱਚ ਪਰਫੋਰਮ ਕਰਕੇ, ਅਤੇ ਬਾਕੀ ਸਾਰੀ ਸਟਾਰ ਕਾਸਟ ਬਹੁਤ ਆਲਮੋਸਟ ਕਮਾਲ ਦੇ ਸੀਗੇ, ਜਿਨ੍ਹਾਂ ਦਾ ਕੰਮ ਕਰਕੇ ਬਹੁਤ ਚੰਗਾ ਲੱਗਾ। ਕਲਰ ਤੋਂ ਸ਼ੁਰੂ ਕੀਤਾ ਵੀ ਇੰਗਲੈਂਡ, ਬਟ ਟੈਲੀਵਿਜ਼ਨ ਫਿਲਮ ਕਰਕੇ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਕਿ ਕਿਵੇਂ ਬੈਠ ਕੇ ਬੋਰੀਆਂ 'ਤੇ ਟੈਲੀਵਿਜ਼ਨ ਦੇਖਿਆ ਜਾਂਦਾ ਸੀ, ਕਿਵੇਂ ਆਰਤੀ ਹੁੰਦੀ ਸੀ ਜੋ ਰਮਾਇਣ ਆਉਂਦੀ ਹੈ, ਕਿਵੇਂ ਰੋਮਾਂਸ ਹੁੰਦਾ ਸੀ, ਕਿਵੇਂ ਲੜਾਈਆਂ ਹੁੰਦੀਆਂ ਨੇ। ਸੋ ਆਮ ਰੀਲੀ ਹੈਪੀ, ਬਹੁਤ ਖੁਸ਼ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕੀ। ਐਂਡ ਕੌਮੇਡੀ ਅਵੇਅਰਨੈਸ ਹੈ, ਸੋ ਅਸੀਂ ਇੱਕ ਛੋਟਾ ਜਿਹਾ ਝੂਠ ਬੋਲ ਕੇ ਕੀ ਕੁਛ ਹੋ ਜਾਂਦਾ ਹੈ ਫਿਲਮ 'ਚ। ਐਂਡ ਵਧੀਆ ਰਿਹਾ ਮੇਰਾ ਐਕਸਪੀਰੀਅੰਸ, ਜੋ ਮੈਂ ਨਹੀਂ ਦੇਖਿਆ ਸੀ ਮੈਂ ਬਹੁਤ ਸੁਣਿਆ ਐਂਡ ਫਿਲਮ 'ਚ ਦੇਖਿਆ ਕਿ ਅੱਛਾ ਇੱਦਾਂ ਹੁੰਦਾ ਸੀ, ਇੱਦਾਂ ਹੁੰਦਾ ਸੀ। ਨਹੀਂ, ਬਟ ਟੈਲੀਵਿਜ਼ਨ ਸਾਰੀਆਂ ਉਹ ਰੀਚਾਂ ਪੂਰੀਆਂ ਕਰ ਲਈਆਂ ਮਾਨਸਾ ਇਲਾਕਾ ਹੈਗਾ, ਉਹ ਸਾਡੇ ਤਾਂ ਆਲਰੇਡੀ ਬਹੁਤ ਪਿੱਛੋਂ ਆਈਆਂ ਸੀਗੀਆਂ ਹਰ ਇੱਕ ਚੀਜ਼, ਅਤੇ ਉਹ ਜਿਹੜੀਆਂ ਚੀਜ਼ਾਂ ਹੰਢਾਈਆਂ, ਅਤੇ ਬਾਕੀ ਜਿਹੜਾ ਸ਼ਟਰ ਵਾਲਾ ਟੀ ਵੀ ਹੁੰਦਾ ਸੀਗਾ, ਟੈਕਸਲਾ ਦਾ ਹੁੰਦਾ ਸੀਗਾ, ਉਹਨੂੰ ਲੋਕ ਵੀ ਲਾ ਦਿੰਦੇ ਸੀ ਘਰ ਦੇ, ਹੈ ਨਾ, ਵੀ ਹਾਂ ਕੁਛ ਉਹਦੇ 'ਤੇ ਪ੍ਰੋਗਰਾਮ ਆਉਂਦੇ ਨੇ ਰਾਤ ਨੂੰ, ਜਿਵੇਂ ਅਲਫਲੇ ਆ ਜਾਂਦੀ ਸੀ, ਸ਼ਕਤੀਮਾਨ ਲਾ ਲਓ ਤੁਹਾਡਾ, ਚੰਦਰਕਾਂਤ ਆਉਂਦੀ ਸੀਗੀ, ਅਤੇ ਇਹੋ ਜਿਹੇ ਐਪੀਸੋਡ ਸੀ ਜਿਹੜੇ, ਅਤੇ ਉਹ ਇੱਕ ਉਹਨਾਂ ਨੂੰ ਫੇਰ ਤੋਂ ਜਦੋਂ ਅਸੀਂ ਨੇ ਪਰਫੋਰਮ ਕੀਤਾ ਆਪਦੇ ਆਪ ਨੂੰ ਫੇਰ ਤੋਂ ਜਿਉਣਾ, ਮੈਂ ਤਾਂ ਖਾਸ ਕਰਕੇ ਕਹਿੰਦਾ ਵੀ ਫਿਲਮ ਇੰਨੀ ਕੁ ਵਧੀਆ ਬਣੀ ਹੈਗੀ। ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰਾਂ ਤਾਂ ਮੈਂ ਜਿਨ੍ਹਾਂ ਦੇ ਵਿੱਚ ਘੁੱਗੀ ਭਾਅ ਜੀ ਹੋ ਗਏ, ਪ੍ਰਿੰਸ ਕਮਲਜੀਤ, ਜਲਾਵਰ ਸਿੱਧੂ ਜੀ, ਕਾਕਾ ਕੌਸ਼ਕੀ ਜੋ ਆਪਣੇ ਸਾਡਾ ਸਾਥ ਛੱਡ ਕੇ ਚੱਲ ਚੁੱਕੇ ਨੇ ਦੁਨੀਆ ਤੋਂ, ਮਹਿੰਦੀ ਜੀ, ਉਸ ਤੋਂ ਇਲਾਵਾ ਬਨਿੰਦਰ ਬਨੀ, ਹੋਰ ਕਾਫੀ ਆਰਟਿਸਟ ਨੇ, ਮੈਨੂੰ ਲੱਗਦਾ ਬੀਐਨ ਸ਼ਰਮਾ ਜੀ, ਹਰਬੀ ਸੰਘਾ, ਮੈਨੂੰ ਲੱਗਦਾ ਕੱਲੇ ਕਰਮਜੀਤ ਅਨਮੋਲ ਨੂੰ ਛੱਡ ਕੇ ਬਾਕੀ ਸਾਰੇ ਆਲਮੋਸਟ ਪੰਜਾਬੀ ਜਿੰਨੇ ਵੀ ਤੁਸੀਂ ਸਾਰੇ ਆਰਟਿਸਟ ਜੋ ਕਮੇਡੀਅਨ ਨੇ, ਚੰਗੇ ਆਰਟਿਸਟ ਨੇ, ਸਾਰੇ ਇਸ ਫਿਲਮ ਦੇ ਵਿੱਚ ਹੈਗੇ। ਮਨੀ ਸਰ, ਰਿਸਰਚ ਵੱਲੋਂ ਆਪਾਂ ਦੇਖੀਏ ਤਾਂ ਤੁਹਾਨੂੰ ਕਿੰਨੀ ਕੁ ਰਿਸਰਚ ਕਰਨੀ ਪਈ ਇਸ ਮੂਵੀ ਵਾਸਤੇ? ਜੀ, ਮੈਨੂੰ ਕਾਫੀ ਕਰਨੀ ਪਈ ਕਿਉਂਕਿ ਮੇਰਾ ਆਪਦਾ ਬਰਥ 88 ਦਾ, ਐਂਡ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ ਕਿ ਕਹਾਣੀ 1980 ਦੀ ਹੈ, ਅਤੇ ਜਿਹੜੇ ਬਜ਼ੁਰਗ ਹੁੰਦੇ ਨੇ ਆਪਣੇ ਰਿਸ਼ਤੇਦਾਰ ਜਾਂ ਹੋਰ ਜਿੰਨੇ ਵੀ ਜਿੰਨਿਆਂ ਤੋਂ ਵੀ ਡਾਟਾ ਹੀ ਕਹੂੰਗਾ ਮੈਂ, ਜਿੰਨਿਆਂ ਤੋਂ ਵੀ ਇਕੱਠਾ ਕੀਤਾ ਗਿਆ ਉਹ ਕੀਤਾ ਜੀ। ਬਾਕੀ ਡਾਇਰੈਕਟਰ ਸਾਹਿਬ ਦਾ, ਬਾਕੀ ਜਿੱਦਾਂ
ਕੁਲਿੰਦਰ ਜੀ ਹੋ ਗਏ, ਇਹਨਾਂ ਦਾ ਸਾਰਿਆਂ ਦਾ ਬਹੁਤ ਸਾਥ ਰਿਹਾ। ਕਈ ਚੀਜ਼ਾਂ ਮੈਂ ਮਿਸ ਵੀ ਕੀਤੀਆਂ ਉਹ ਇਹਨਾਂ ਨੇ ਦੱਸੀਆਂ, ਕਈ ਚੀਜ਼ਾਂ ਆਈ ਥਿੰਕ ਇਹਨਾਂ ਨੇ ਮਿਸ ਕੀਤੀਆਂ ਉਹ ਮੈਂ ਦੱਸੀਆਂ। ਸੋ ਰਲ ਮਿਲ ਕੇ ਇੱਕ ਟੀਮ ਵਰਕ ਹੈ ਜੀ, ਅਤੇ ਮਿਹਨਤ ਤਾਂ ਕਰਨੀ ਪੈਂਦੀ। ਜੀ 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 ਉਹ ਤਾਂ ਜਦੋਂ ਆਪਾਂ ਟੈਲੀਵਿਜ਼ਨ ਦੀ ਗੱਲ ਕਰਦੇ ਹਾਂ ਆਈ ਥਿੰਕ ਉਹ ਸਭ ਤੋਂ ਬੈਟਰ ਚੀਜ਼ ਆ, ਐਂਟੀਨਾ ਘੁਮਾਉਣਾ ਅਤੇ ਜਲੰਧਰ ਵੱਲ ਕਰਨਾ, ਅਤੇ ਉਹ ਚੀਜ਼ਾਂ ਖੁਦ ਕੀਤੀਆਂ ਵੀ ਹੋਈਆਂ ਕਿਉਂਕਿ ਪ੍ਰਸਾਰ ਨਹੀਂ ਉਦੋਂ ਥੋੜ੍ਹੇ ਜਿਹੇ ਹੁੰਦੇ ਨੇ, ਇੱਕ ਦਿੱਲੀ ਦੂਰਦਰਸ਼ਨ ਹੁੰਦਾ ਸੀਗਾ ਅਤੇ ਇੱਕ ਜਲੰਧਰ ਕੁਛ ਟਾਈਮ ਹੀ, ਜਲੰਧਰ ਦੂਰਦਰਸ਼ਨ ਕੋਲ ਕੁਛ ਟਾਈਮ ਹੀ ਹੁੰਦਾ ਸੀਗਾ ਜਿਹੜਾ ਕਦੇ ਕਦੇ ਉਹ ਪਾਕਿਸਤਾਨ ਜਿਹੜਾ ਸਲਾਟ ਹੁੰਦਾ ਸੀਗਾ, ਹਾਂ ਕਦੇ ਕਦੇ ਪਾਕਿਸਤਾਨ ਵੀ ਫੜ ਲੈਂਦਾ ਹੁੰਦਾ, ਜਲੰਧਰ ਫੜਦੇ ਫੜਦੇ ਅਤੇ ਪਾਕਿਸਤਾਨ ਆ ਜਾਂਦਾ ਹੁੰਦਾ ਸੀ, ਅਤੇ ਉਹਨਾਂ ਦੇ ਡਰਾਮੇ ਡਰੂਮੇ ਵੀ ਦੇਖੇ ਉਹ ਪਾਕਿਸਤਾਨ ਤਾਂ ਨਹੀਂ ਆਈ ਦਿਖਾਇਆ, ਬਾਕੀ ਸਾਰਾ ਦਿਖਾਇਆ, ਜਲੰਧਰ ਦਾ ਦਿਖਾਇਆ, ਹੋਰ ਜਿਹੜੇ ਚਿੱਤਰਕਾਰ ਆਉਂਦਾ ਸੀ ਉਹਦਾ ਦਿਖਾਇਆ, ਫਿਲਮਾਂ ਨੂੰ ਦੇਖ ਕੇ ਲੋਕ ਕੀ ਰਿਐਕਟ ਕਰਦੇ ਸੀ, ਜਿਸ ਤਰ੍ਹਾਂ ਕਾਕਾ ਕੌਸਤੀ ਜੀ ਦਾ ਬਹੁਤ ਸੋਹਣਾ ਸੀਨ ਹੈ, ਸੋ ਉਹ ਚੀਜ਼ਾਂ ਕੀਤੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਐਕਸਪੀਰੀਅੰਸ ਇਹ ਸੀ ਕਿ ਛੋਟੇ ਹੁੰਦੇ ਮੈਂ ਧੂਰੀ ਤੋਂ ਸਾਡੇ ਰਿਸ਼ਤੇਦਾਰਾਂ ਦੇ 8 ਕਿਲੋਮੀਟਰ ਜਾਂਦਾ ਹੁੰਦਾ ਸੀ ਸਾਈਕਲ 'ਤੇ ਹਰ ਸੰਡੇ, ਔਰ ਮੈਂ ਤਾਂ ਭੁੱਲ ਗਿਆ ਸੀਗਾ, ਔਰ ਚੰਡੀਗੜ੍ਹ ਆਈ ਨੂੰ 27 ਸਾਲ ਹੋ ਗਏ, ਭੁੱਲ ਗਿਆ ਸੀ ਵੀ ਉਹ ਦੌਰ ਵੀ ਕਦੇ ਬੈਠ ਕੇ ਹੁੰਦੇ ਸੀ, ਤੱਪੜਾਂ 'ਤੇ ਬੈਠ ਕੇ, ਦਰੀਆਂ 'ਤੇ ਬੈਠ ਕੇ, ਬੋਰੀਆਂ 'ਤੇ ਬੈਠ ਕੇ ਦੇਖ ਲੈਂਦੇ ਸੀ ਟੀਵੀ, ਲੋਕਾਂ ਦੇ ਘਰਾਂ 'ਚ ਜਾ ਰਹੇ ਜਾਂ ਫਿਰ ਬੇੜਾਂ ਦੇ ਵਿੱਚ ਨਹੀਂ ਸੀ, ਕਾਕਿਆਂ ਦੇ ਵਿੱਚ ਖੜ੍ਹੇ ਰਹਿੰਦੇ ਲੋਕਾਂ ਨੂੰ, ਅਤੇ ਉਹ ਹੁਣ ਜਦੋਂ ਸ਼ੂਟ ਕੀਤੀ ਹੈ ਫਿਲਮ, ਅਤੇ ਸ਼ੂਟ ਕਰਦੇ ਕਰਦੇ ਫਿਰ ਦੁਬਾਰਾ ਉਹ ਰਿਮਾਇੰਡ ਹੋ ਗਿਆ ਸਾਰਾ ਕੁਛ ਵੀ, ਸਾਰਾ ਯਾਰ ਆਹ ਦੌੜ ਦਾ ਸ਼ੂਟਿੰਗ ਆਇਆ ਹੋਇਆ ਜਿਹਨੂੰ ਅਸੀਂ ਭੁੱਲ ਗਏ ਸੀ। ਇਹ ਬਾਕੀ ਵੀ ਹੋਰ ਸਾਰੇ ਲੋਕਾਂ ਨਾਲ ਜਿਹੜੇ ਵੀ ਦਰਸ਼ਕ ਇਹਨੂੰ ਫਿਲਮ ਨੂੰ ਦੇਖਣਗੇ, ਸਾਰਿਆਂ ਨੂੰ ਆਪਣਾ ਯਾਦ ਆਊਗਾ ਵੀ ਜਿਵੇਂ ਅਸੀਂ ਪਹਿਲਾਂ ਰਮਾਇਣ ਦੇਖਦੇ ਹੁੰਦੇ ਸੀ, ਹੋਰ ਬਹੁਤ ਸਾਰੇ ਪ੍ਰੋਗਰਾਮ ਦੇਖਦੇ ਹੁੰਦੇ ਸੀਗੇ, ਇੱਕ ਚਿੱਟਾ ਹੱਥੀ ਫਿਲਮ ਆਉਂਦੀ ਹੁੰਦੀ ਸੀ, ਉਹ ਮਹੀਨੇ 'ਚ 2-3 ਵਾਰੀ ਆ ਜਾਂਦੀ ਹੁੰਦੀ ਸੀ, ਉਹਨੂੰ ਜ਼ਰੂਰ ਦੇਖਦੇ ਹੁੰਦੇ ਸੀ, ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਸੀਗੇ ਕਾਫੀ ਦਿਲਚਸਪੀ ਨਾਲ। ਮੈਂ ਤੁਹਾਨੂੰ ਦੱਸੀ ਜਾਂਦਾ, ਮੈਂ 8 ਕਿਲੋਮੀਟਰ ਸਪੈਸ਼ਲ ਜਾਂਦਾ ਹੁੰਦਾ ਸੀ, ਅਤੇ ਫਿਰ ਅੱਗੇ ਜਾ ਕੇ ਇਹ ਨਹੀਂ ਸੀ ਪਤਾ ਵੀ ਅਸੀਂ ਟੀਵੀ 'ਚ ਕਦੇ ਆਉਣ ਲੱਗ ਜਾਂਦੇ, ਟੀਵੀ ਦੀ ਗੱਲ ਚੱਲ ਰਹੀ ਹੈ, ਟੈਲੀਵਿਜ਼ਨ ਟੈਲੀਵਿਜ਼ਨ ਹੋਈ ਗਈ ਸਾਰੇ ਪਾਸੇ, ਬਹੁਤ ਵਧੀਆ ਸਟਾਰ ਕਾਸਟ ਹੈ ਜੀ ਫਿਲਮ ਦੇ ਵਿੱਚ। ਹਾਂ ਜਿਵੇਂ ਭਾਅ ਜੀ ਨੇ ਕਿਹਾ ਵੀ ਪੰਜਾਬ ਦੇ ਜਿੰਨੇ ਵੀ ਕਲਾਕਾਰ ਨੇ, ਕਮੇਡੀਅਨ ਸਾਰੇ ਕਰਮੀ ਦਾ ਮੋਲ ਜੀ ਨੂੰ ਛੱਡ ਕੇ ਸਾਰੇ ਅਨਮੋਲ ਰਤਨ ਇਹਦੇ ਵਿੱਚ ਪਾਏ ਹੋਏ ਆ, ਅਤੇ ਤੁਹਾਨੂੰ ਸਾਰਿਆਂ ਨੂੰ ਹਸਾਉਣਗੇ, ਢਿੱਡੀ ਢਿੱਡਾ ਵੀ ਪਾਉਣਗੇ, ਅਤੇ ਤੁਸੀਂ ਇੰਜੋਏ ਵੀ ਕਰੋਗੇ ਫਿਲਮ ਨੂੰ, 2 ਘੰਟੇ ਉੱਪਰ ਦੀ ਫਿਲਮ, ਅਤੇ ਮੈਨੂੰ ਵੀ ਲੱਗਦਾ ਤੁਸੀਂ ਨਿਰਾਸ਼ ਹੋ ਕੇ ਉੱਠੋਗੇ, ਹੱਸ ਕੇ ਉੱਠੋਗੇ, ਖੁਸ਼ੀਆਂ ਲੈ ਕੇ ਜਾਓਗੇ। ਥੈਂਕ ਯੂ, ਧੰਨਵਾਦ। ਮੈਂਡੀ ਮੈਮ, ਤੁਸੀਂ ਸੁਣਿਆ ਹੋਣਾ ਕਿ ਪੰਜਾਬ ਦੇ ਵਿੱਚ ਟੈਲੀਵਿਜ਼ਨ ਇੱਦਾਂ ਦੇਖਿਆ ਜਾਂਦਾ, ਜੋ ਤੁਸੀਂ ਐਕਚੁਅਲ 'ਚ ਸ਼ੂਟ ਕੀਤਾ ਤਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਅਸੀਂ ਬਹੁਤ ਰੀਅਲ ਰੱਖਿਆ, ਆਈ ਥਿੰਕ ਡੇ ਨਾਈਟ ਸ਼ੂਟ ਕਰਦੇ ਸੀ ਆਪਾਂ, ਯਾਦ ਹੈ ਲਗਾਤਾਰ ਜਿੰਨਾ ਅਸੀਂ ਰੀਅਲ ਰੱਖ ਸਕੇ ਉੱਦਾਂ ਹੀ ਰੱਖਿਆ, ਬੋਰੀਆਂ 'ਤੇ ਬੈਠਣਾ, ਥੱਕ ਜਾਣਾ, ਕਿਤੇ ਚੌਂਕੜੀ ਨਹੀਂ ਵੱਜਦੀ ਸੀ ਪ੍ਰੋਪਰਲੀ, ਮਤਲਬ ਕਿੰਨਾ ਕਿੰਨਾ ਟਾਈਮ ਸਾਨੂੰ ਬਿਠਾ ਕੇ ਰੱਖਦੇ ਸੀ, ਮੈਨੂੰ ਨਹੀਂ ਪਤਾ ਹੁੰਦਾ ਸੀ ਕਿ ਐਕਚੁਅਲੀ ਵਿੱਚ ਸ਼ੂਟ ਚੱਲ ਰਿਹਾ ਕਿ ਅਸੀਂ ਬਸ ਵੇਟ ਕਰ ਰਹੇ ਹਾਂ ਕੀ ਹੋ ਰਿਹਾ ਸਾਡੇ ਨਾਲ। ਸੋ ਪੂਰਾ ਵਧੀਆ ਐਕਸਪੀਰੀਅੰਸ ਮਿਲ ਗਿਆ ਮੈਨੂੰ। ਰਾਜ ਮੈਮ, ਤੁਹਾਡੇ ਵਰਡਸ ਟੈਲੀਵਿਜ਼ਨ ਨੂੰ ਲੈ ਕੇ? ਮੈਨੂੰ ਬੋਰੀਆਂ ਤੋਂ ਯਾਦ ਕਰਦਾ ਸੀ, ਬਹੁਤ ਯਾਦਾਂ ਜੁੜੀਆਂ ਨੇ ਇਸ ਫਿਲਮ ਦੇ ਨਾਲ, ਅਸੀਂ ਬਹੁਤ ਫਨ ਕੀਤਾ, ਤੇ ਬਚਪਨ ਦੇ ਵਿੱਚ ਵੀ ਘਰਾਂ 'ਚ ਟੀਵੀ ਤਾਂ ਸਾਡੇ ਹੁੰਦੇ ਨਹੀਂ ਸੀ, ਅਸੀਂ ਪਿੰਡਾਂ ਤੋਂ, ਤੇ ਲੋਕਾਂ ਦੇ ਘਰ ਜਾ ਕੇ ਟੀਵੀ ਦੇਖਦੇ ਹੁੰਦੇ ਸੀ, ਬਹੁਤ ਕੁੱਟ ਖਾਧੀ ਆ ਜਦੋਂ ਦੁਪਹਿਰੇ ਮੰਮੀ ਹੋਣੀ ਸੌ ਜਾਂਦੇ ਸੀ, ਉਦੋਂ ਚੋਰੀ ਚੋਰੀ ਦਰਵਾਜ਼ੇ ਖੁੱਲ੍ਹ ਕੇ ਭੱਜ ਜਾਣਾ, ਕਦੇ ਕੁੱਟ ਕੇ ਹੀ ਲੈ ਕੇ ਆਉਂਦੇ ਹੁੰਦੇ ਸੀ ਗੁੱਸਾ ਤੋਂ ਖਿੱਚ ਕੇ। ਸੋ ਬਹੁਤ ਵਧੀਆ ਉਹੀ ਸਾਰੀ ਚੀਜ਼ ਤਾਜ ਜੀ ਨੇ ਇਹਦੇ ਵਿੱਚ ਦਿਖਾਈ ਹੈ ਸਾਰੀ, ਸੋ ਬਹੁਤ ਵਧੀਆ, ਤੁਸੀਂ ਆਪਣਾ ਬਚਪਨ ਇੰਜੋਏ ਕਰੋਗੇ। ਸੋ ਮੇਰੀ ਰਿਕੁਐਸਟ ਆ ਹੁਣ ਮੀਡੀਆ ਪਰਸਨ ਨੂੰ, ਤੁਸੀਂ ਆਪਣੇ ਆਪਣੇ ਸਵਾਲ ਪੁੱਛ ਸਕਦੇ ਹੋ। ਹਾਂਜੀ, ਟੈਲੀਵਿਜ਼ਨ ਲੈ ਕੇ ਮੈਂ ਪੀਰੀਅਡ ਫਿਲਮਾਂ ਦੀ ਚਲੋ ਗੱਲ ਕਰਦਾ,
हर डायरेक्टर हर राइटर हों भी कोई ऐसे भी पीरियड जो अंग्रेज हिट हो चुकी थी रब का रेडियो है ना फिर मनी वाई ना बैठे रहने तो आप आइडिया साढ़े को है नहीं तो कोई पीरियड है ना तो एक दिन गाँव सुनया था गड्डी जाते जाते टैलीविजन लैदे में तस्वीर बोल दी तो उदो फिर जो टैलीविजन सुनया तो जिदा भाजी के गाने भी बड़े हिट रहे दौर के है ना उदा तो उस दिन एक दिमाग च आया आइडिया भी यार टैलीविजन के नाल तो स्टोरी बहुत जुड़िया तो हर बंद जुड़िया हर इंसान को वह दौर समा याद आ जाता तो मनी भाई ना हुई डिस्कस तो इन्होंने बड़ा वो कहते हैं तो आइडिया बड़ा सोना तो इन्होंने लिखना शुरू कराया तो सिमरजीत भाजी मिले तो सारिया चीज़ा सौखिया होंगे गई तो सब तो वधिया गल लगी जिदा हम मेरे बच्चे आ मेरा बेटा 8 साल का है तो वह अच मोबाइल तो वह कहते पिछे हट जाओ प्राइवेसी चाहिए है ना तो वो नहीं बच्चे जिदा के हुए हुए रोटी खाने लगे मैं मोबाइल चाहिए कले बैठना तो कितने जहाँ कितने उन्होंने मैसेज भी है भी यार भी जो है ना भी टीवी आया था तो कितना तो प्यार हों कि बच्चे समझाने पर समझते नहीं हम चलो कह कर नहीं सकते पर अजक डिजिटल जमाना है ना मीडिया का जमाना तो क्यों ना फिर दिखाया जाए जे ऐदा नहीं समझ सकते फिर दिखा के समझाओगे भी कितने ना कि जोड़ोगे ना वो चीज़ का हाँ बिल्कुल भाई बी सी आर तो जो टी वी की गल करते उस टाइम के बी सी आर भी एक ऐसा एक रोल थी जिंदगी दे विच उदो 5-5 रुपये इकट्ठे करके 4-5 जने दोस्त मित्र आते फिर बी सी आर लेके आते होंगे तो विहाली मूवी आता है कि कदों ये खत्म हो फिर बाकी फिल्म स्टार्ट करिए बस वो होता कई बार विहाली मूवी फिर लंघाई भी बड़ी फास्ट होती आनंद कार जो होने से फिर वो भजना होंगे फिर आनंद कार बदला जट्टी फिल्म दौर है बिलकुल जी बिलकुल उस गाने तो मेरी शुरुआत हुई थी जरूर सुना ओ की होया मेरा सजन काला वे मैं कुड़िया दी सरदार वे मैनू कुड़िया कहदिया ओ तेरा काले रंग दा यार वे मैनू कुड़िया कहदिया वे मैनू कुड़िया कहदिया वे बाकी जिदा ताज ने गल की है कि टेलीविजन जिन्ना जो समा हंडाया उन्होंने फिर तो जो स्क्रीन के उत्ते चीज़ देखने मिलेगी तो उन्होंने बहुत चंगी लगू जिन्ना ने चीज़ नहीं देखी उन्होंने वास्ते एक बड़ी नवी चीज़ होनी है भी अच्छा साढ़े बजुर्ग चाचे ताए साढ़े मम्मी होरी अच्छा आए हूँ वैसे तो वाले समा भी अजक तो असं अपने अपना फोन लेके अपने अपने रूम च हो जाने एक दूजे तो वक् हो गए पर टीवी एक ऐसी चीज़ सी पिंड का एक सिनेमा हुंदा सी जिस घर के सारा पिंड आके उस सिनेमे को देख लगा जाने कि सिनेमा ही सी एक तरह का तो उस चीज़ में जो आप फिर तो दोबारे देखा यह जो मूवमेंट्स ने यह चीज़ा ने जी हर बंद लगेगा यार हाँ यार आ चीज़ यार मिस हो गई असं ये चीज़ा करते रहे जो बंद चीज़ हटाई होंगी है जो फिर तो दोबारे देखता वह फिर बंदा जो लग जाता अपनी जिंदगी मैं कहना भी जिन्ना भी यूथ नवा है वह अपने बजुर्गों अपने मोम डैड को एक चंगा गिफ्ट दे सकते हैं कि थोड़े समय की चीज़ आई है एक टैलीविजन मूवी आई है तो दिखा के लेके आना तो उन्होंने बहुत चंगा लगू फैमिली भी एक वेरी गुड गिफ्ट है जो तुम दे सकते हो ਸਾਰਿਆਂ ਦਾ ਕਾਪੀ ਬੈਸਟ ਐਂਡ ਆਲਸੋ ਇਹ ਕਿ ਜਿੱਦਾਂ ਮੇਰੀਆਂ ਹੁਣ ਬਹੁਤ ਯਾਦਾਂ ਜੁੜੀਆਂ ਟੈਲੀਵਿਜ਼ਨ ਮੂਵੀ ਦੇ ਨਾਲ ਐਂਡ ਇੱਕ ਬਹੁਤ ਹੀ ਪਰਿਵਾਰਿਕ ਮਾਹੌਲ ਆਪਾਂ ਕ੍ਰੀਏਟ ਕੀਤਾ ਸੀ ਸੈੱਟ 'ਤੇ ਅਤੇ ਮੂਵੀ ਵੀ ਪਰਿਵਾਰਿਕ ਹੀ ਹੈ ਸਵੀਟ ਫਿਲਮ ਹੈ ਐਂਡ ਉਹੀ ਹੈ ਕਿ ਬਸ ਜੁੜੇ ਰਹੋ ਸਿਨੇਮਾ ਨਾਲ ਐਂਡ ਟੈਲੀਵਿਜ਼ਨ ਨਾਲ ਐਂਡ ਥੈਂਕ ਯੂ ਫੋਰ ਕਮਿੰਗ 24th June ਮੇਰੀ ਡਿਊਟੀ ਬੰਦ ਕਰਨ ਦਾ ਸੀ ਟੀਵੀ ਜਦੋਂ ਵੀ ਕੋਈ ਕੁਵਾੜਾ ਪੈਂਦਾ ਸੀ ਮੈਨੂੰ ਯਾਦ ਹੈ ਹਜੇ ਵੀ ਮੇਰੀ ਇਹ ਡਿਊਟੀ ਹੁੰਦੀ ਸੀ ਹਾਂਜੀ ਫਿਊਜ਼ ਕੱਟਣਾ ਇਹ ਸਾਰਾ ਕੁਛ ਉਹ ਜਦੋਂ ਵੀ ਕੁਵਾੜਾ ਪੈਣਾ ਸਾਡੇ ਘਰ ਵਿੱਚ ਟੀਵੀ ਕਰਕੇ
ਸੋ ਮੇਰੀ ਉਹ ਡਿਊਟੀ ਲੱਗੀ ਹੋਈ ਸੀ ਤੁਸੀਂ ਕੀ ਕਹਿ ਰਹੇ ਹੋ ਬਾਕੀ ਇੱਕ ਗੱਲ ਜਿਹੜੀ ਐਂਟੀਨੇ ਦੀ ਗੱਲ ਕਰਦੇ ਤੁਸੀਂ ਐਂਟੀਨਾ ਜਦੋਂ ਮੇਰਾ ਗਾਣਾ ਆਇਆ ਸੀ ਤਾਂ ਮੈਨੂੰ ਸਾਰੇ ਕਹਿੰਦੇ ਸੀ ਐਂਟੀਨਾ ਪਾਰਟ 2 ਕਦੋਂ ਆਊਗਾ ਜਿੱਦਾਂ ਟਾਈਮ ਟੇਬਲ ਪਾਰਟ 2 ਆਇਆ ਨਾ ਅਤੇ ਮੈਨੂੰ ਲੱਗਦਾ ਤੁਸੀਂ ਐਂਟੀਨਾ ਇੱਕ ਐਸਾ ਪਾਰਟ ਹੈਗਾ ਵੀ ਆਪਾਂ ਜਦੋਂ ਪਾਰਟ 2 ਨਹੀਂ ਹੁਣ ਇਹਦੀ ਫਿਲਮ ਹੀ ਬਣਾਵਾਂਗੇ ਆਪਾਂ 2 ਘੰਟਿਆਂ ਦੀ ਬਹੁਤ ਇੰਜੋਏ ਕਰੋਗੇ ਸੱਚੀ ਕਹਿੰਦੇ ਕਿ ਇਹ ਨਹੀਂ ਕਹਿੰਦਾ ਵੀ ਇੱਕ ਮੇਰੀ ਫਿਲਮ ਹੈ ਇਹ ਪਰ ਜਦੋਂ ਤੁਸੀਂ ਸਾਰੇ ਜਾ ਕੇ ਦੇਖ ਕੇ ਆਉਂਗੇ 100% 200% ਕਹਿਣਾ ਤੁਹਾਨੂੰ ਤੁਸੀਂ ਫੁੱਲ ਐਂਟਰਟੇਨ ਹੋਵੋਗੇ ਤੁਹਾਡਾ ਪੈਸਾ ਵਸੂਲ ਹੋਊਗਾ ਟੈਲੀਵਿਜ਼ਨ ਲੈ ਦੇ ਵਿੱਚ ਤਸਵੀਰਾਂ ਬੋਲਦੀਆਂ ਸਿਨੇਮੇ ਦੇ ਵਿੱਚ ਟੈਲੀਵਿਜ਼ਨ ਲੱਗੂਗਾ ਅਤੇ ਤਸਵੀਰਾਂ ਬੋਲਣਗੀਆਂ ਅਤੇ ਬਹੁਤ ਚੰਗੇ ਇਹਦੇ ਵਿੱਚ ਪੰਚ ਨੇ ਹਰ ਤਰ੍ਹਾਂ ਦੀ ਸਿਚੁਏਸ਼ਨਲ ਕਾਮੇਡੀ ਇੱਦਾਂ ਨਹੀਂ ਵੀ ਧੱਕੇ ਨਾਲ ਇਹਨੂੰ ਕਹਿਤਾ ਇਹਨੂੰ ਕਹਿਤਾ ਇਹਨੂੰ ਕਹਿਤਾ ਵੀ ਪੰਚ ਮਾਰ ਦੇ ਇੱਦਾਂ ਨਹੀਂ ਇੱਕ ਸਮੇਂ ਦੇ ਅਕੋਰਡਿੰਗ ਜੋ ਇਸ ਫਿਲਮ ਦੀ ਸਟੋਰੀ ਦੇ ਅਕੋਰਡਿੰਗ ਹੀ ਸਾਰੇ ਮੂਵਮੈਂਟਸ ਨੇ ਹਰ ਇੱਕ ਪੰਚ ਬਣਿਆ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਮੇਰੇ ਘਰ ਦੇ ਵਿੱਚ ਖੁਦ ਇੱਦਾਂ ਸੀਗਾ ਮੇਰੇ ਸਿਸਟਰ ਜਿੰਨਾ ਚਿਰ ਮੇਰੀ ਸਿਸਟਰ ਮੈਰਿਡ ਨਹੀਂ ਹੋਏ ਜਿੰਨਾ ਚਿਰ ਵਿਆਹ ਨਹੀਂ ਹੋਇਆ ਉਹਨਾਂ ਚਿਰ ਉਹਨਾਂ ਨੂੰ ਕਦੇ ਹਿੰਦੀ ਮੂਵੀ ਨਹੀਂ ਦੇਖੀ ਉਹਨਾਂ ਨੇ ਅਤੇ ਨਾ ਹੀ ਉਹਨਾਂ ਨੇ ਚਿੱਤਰਹਾਰ ਦੇਖਿਆ ਨਾ ਰੰਗੋਲੀ ਇੱਦਾਂ ਦੇ ਇੱਕ ਏਰੀਆ ਸਾਡਾ ਉਹਨਾਂ ਦਾ ਸੀ ਮੈਂ ਮਾਨਸਾ ਤੋਂ ਸੀਗਾ ਉਹ ਇੱਕ ਬੈ ਨਹੀਂ ਸੀਗੇ ਸਾਡੇ ਚਾਚੇ ਤਾਇਆਂ ਨੂੰ ਨਾ ਭਾਈ ਕੁੜੀਆਂ ਨੂੰ ਇਹ ਨਹੀਂ ਦਿਖਾਉਣਾ ਹੈਗੇ ਅਤੇ ਉਹ ਚੀਜ਼ਾਂ ਹੈਗੀਆਂ ਸੀਗੀਆਂ ਇਸ ਫਿਲਮ ਦੇ ਵਿੱਚ ਵੀ ਆਹ ਜਿਹੜਾ ਤੁਸੀਂ ਟ੍ਰੇਲਰ ਦੇਖਿਆ ਛੋਟਾ ਦੇਖਿਆ ਤੁਸੀਂ 1.5 ਮਿੰਟ ਵਾਲਾ ਇਹ 3 ਮਿੰਟ ਵਾਲੇ ਟ੍ਰੇਲਰ ਦੇ ਵਿੱਚ ਪ੍ਰੋਪਰ ਸੀ ਉਹਦੇ 'ਚ ਬੁੜੀਆਂ ਕਹਿੰਦੀਆਂ ਨੇ ਭਾਈ ਟੈਲੀਵਿਜ਼ਨ ਵਾਲੇ ਤਾਂ ਜਿਵੇਂ ਸ਼ਰਮਲਾਰ ਕੀ ਹੈ ਤਾਂ ਸ਼ਰਿਆਂ ਵੀ ਜੱਫੀਆਂ ਪਾਈ ਜਾਂਦੇ ਨੇ ਅਤੇ ਜਦੋਂ ਉਹ ਸੀਨ ਆਉਂਦਾ ਹੈਗਾ ਜਦੋਂ ਅਸੀਂ ਦੇਖਦੇ ਹਾਂ ਤਾਂ ਆਟੋਮੈਟਿਕਲੀ ਬੁੜੀਆਂ 'ਚ ਐਸੀ ਸੰਗ ਸੀਗੀ ਹਰ ਇੱਕ ਚੀਜ਼ ਸੰਗ 'ਚ ਬੰਦੇ ਵੀ ਖੰਘੂ ਰਾਜ ਐਂ ਕਰਕੇ ਪਰ ਉੱਠ ਕੇ ਵੱਗ ਜਾਂਦੇ ਸੀਗੇ ਬੁੜੀਆਂ ਆਪਣੇ ਘੁੰਡ ਕੱਢ ਲੈਂਦੀਆਂ ਸੀ ਚੁੱਪ ਚੁੱਪ ਕੇ ਕੋਈ ਨਾ ਕੋਈ ਪਤਾ ਨਹੀਂ ਉਹ ਕਿਹੜਾ ਮੂਵਮੈਂਟ ਆ ਜਾਣੀ ਪਰ ਅੱਜ ਕੱਲ੍ਹ ਤਾਂ ਜ਼ਿਆਦਾ ਕੁਛ ਆ ਜਾਂਦਾ ਪਰ ਉਸ ਟਾਈਮ ਦੇ ਵਿੱਚ ਤਾਂ ਕਿਸੇ ਨੂੰ ਹੱਗ ਵੀ ਕਰ ਲੈਂਦੇ ਤਾਂ ਐਂ ਲੱਗਦਾ ਆਹ ਕੀ ਹੋ ਗਿਆ ਉੱਥੋਂ ਭੱਜ ਲਓ ਉਹ ਮਾਹੌਲ ਆ ਉਹ ਸਾਰਾ ਦੇਖਣ ਨੂੰ ਮਿਲੂਗਾ ਬਹੁਤ ਸਵਾਦ ਆਊਗਾ ਫਿਲਮ ਦੇਖ ਕੇ ਤੁਹਾਨੂੰ ਉਹ ਚਲੋ ਹੁਣ ਦੇਖਣ ਤੋਂ ਬਾਅਦ ਹੀ ਪਤਾ ਚੱਲੂਗਾ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸੁਧਾਰ ਸਕਦੇ ਦੂਜੇ ਨੂੰ ਕਿਆ ਕਹੋਗੇ ਹੈ ਨਾ ਪਰ ਚਲੋ ਕਿਤੇ ਨਾ ਕਿਤੇ ਸਾਡੀ ਇੱਕ ਹੈ ਵੀ ਕੁਛ ਨਾ ਕੁਛ ਦਿਖਾਈਏ ਬੱਚਿਆਂ ਨੂੰ ਉਹ ਪਿਆਰ ਦਿਖਾਈਏ ਕਿਉਂਕਿ ਮੈਂ ਖੁਦ ਹਾਂ ਨਾ ਸਾਡੇ ਨਾਲ 8 ਸਾਲ ਦਾ ਬੈਠਣਾ ਨਹੀਂ ਚਾਹੁੰਦਾ ਅਸੀਂ ਪਰਿਵਾਰ ਦੇ 4-5 ਮੈਂਬਰ ਉਹਨਾਂ 'ਚ ਨਹੀਂ ਬਹਿੰਦਾ ਹੈ ਨਾ ਅਤੇ ਉਹਨੂੰ ਅਸੀਂ ਦਿਖਾਇਆ ਜਾਂਦਾ ਵੀ ਆਹ ਦੇਖ ਲਾ ਸਾਰਾ ਪਿੰਡ ਇਕੱਠਾ ਹੁੰਦਾ ਤਾਂ ਉਹ ਪਿਆਰ ਹੁੰਦਾ ਤਾ ਹੈ ਨਾ ਅਤੇ ਕੋਸ਼ਿਸ਼ ਆ ਵੀ ਸਮਝਣ ਉਹ ਦੇਖਣ ਦੇਖੋ ਚਲੋ ਆਪਣੇ ਕੰਟੈਂਟ ਹੀ ਆ ਜਿੰਨੇ ਆਪਾਂ ਵਧੀਆ ਲੈ ਕੇ ਆਉਂਗੇ ਤਾਂ ਉਹ ਮੋੜ ਹੀ ਹੁੰਦਾ ਪਬਲਿਕ ਅੱਜ ਟ੍ਰੇਲਰ ਨੂੰ ਬਹੁਤ ਪਿਆਰ ਮਿਲ ਰਿਹਾ ਨਾ ਅਤੇ ਸਾਨੂੰ ਪਹਿਲਾਂ ਡਰ ਜੀ ਤਾਂ ਕਿਤੇ ਨਾ ਕਿਤੇ ਪਰ ਜਦੋਂ ਹੁਣ ਪਿਆਰ ਮਿਲਿਆ ਤਾਂ ਸਾਨੂੰ ਖੁਸ਼ੀ ਵੀ ਆ ਵੀ ਚਲੋ ਹਾਂ ਕਿਤੇ ਨਾ ਕਿਤੇ ਅਸੀਂ ਉਹ ਦਿਖਾਉਣਾ ਵਧੀਆ ਲੱਗਿਆ ਸਾਨੂੰ ਅਤੇ ਬਾਕੀ ਕੋਸ਼ਿਸ਼ ਆ ਤੁਸੀਂ ਬਾਕੀ ਜਿੱਦਾਂ ਤੁਸੀਂ ਗੱਲ ਕਹੀ ਹੈ ਕਿ ਕੰਟੈਂਟ ਜਿੱਦਾਂ 100 ਅੱਜ ਕੱਲ੍ਹ ਬਾਲੀਵੁੱਡ ਦੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਡਾਵਾਡੋਲ ਹੈਗਾ ਕਿਉਂਕਿ ਜਿੰਨਾ ਚੱਲ ਰਿਹਾ ਅੱਜ ਕੱਲ੍ਹ ਓਰੀਜਨਲ ਸਿਨੇਮਾ ਹੀ ਚੱਲ ਰਿਹਾ ਆਲਮੋਸਟ ਕਿਉਂਕਿ ਓਰੀਜਨਲ ਸਿਨੇਮੇ ਦੇ ਵਿੱਚ ਚੰਗੇ ਚੰਗੇ ਕੌਂਸੈਪਟ ਆ ਰਹੇ ਨੇ ਆ ਪਿੱਛੇ ਹੁਣ ਸੌਖਣੇ ਵੀ ਚੱਲੀ ਹੈ ਬਹੁਤ ਹਿੱਟ ਮੂਵੀ ਗਈ ਹੈ ਅਤੇ ਟੈਲੀਵਿਜ਼ਨ ਦੀ ਵੀ ਗੱਲ ਕਰੀ ਟੈਲੀਵਿਜ਼ਨ ਵੀ ਇੱਕ ਕੌਂਸੈਪਟ ਹੈਗਾ ਹਜੇ ਤੱਕ ਕਿਸੇ ਨੇ ਆਈ ਥਿੰਕ ਮੈਨੂੰ ਤਾਂ ਲੱਗਦਾ ਵੀ ਹਜੇ ਤੱਕ ਕਿਸੇ ਨੇ ਬਣਾਇਆ ਹੈ ਹੋ ਸਕਦਾ ਇਹਦਾ ਰੀਮੇਕ ਵੀ ਹੋ ਸਕਦਾ ਹਿੰਦੀ ਦੇ ਵਿੱਚ ਵੀ ਬਣ ਸਕਦੀ ਕਿਉਂਕਿ ਬਹੁਤ ਵੱਡਾ ਕੌਂਸੈਪਟ ਹੈ ਹਰ ਬੰਦੇ ਨੇ ਇਹ ਤਾਂ ਕੋਈ ਕਿਸੇ ਭਾਸ਼ਾ ਦਾ ਜਾਂ ਕਿਸੇ ਦੀ ਤਾਂ ਆਪਾਂ ਕਹਿ ਨਹੀਂ ਸਕਦੇ ਕਿਸੇ ਸਟੇਟ ਦਾ ਹਰ ਇੱਕ ਸਟੇਟ ਨੇ ਇਹ ਟੈਲੀਵਿਜ਼ਨ ਦਾ ਦੌਰ ਆਇਆ ਸੀ ਹਰ ਬੰਦੇ ਨੇ ਇਹਨੂੰ ਸਮਾਂ ਆਪਣਾ ਹੰਢਾਇਆ ਹੋਇਆ ਇੱਕ ਗੁੱਡ ਕੰਸੈਪਟ ਆਈ ਥਿੰਕ ਸਾਰੇ ਇੰਜੋਏ ਕਰਨਗੇ 100% ਜਾਂਦੇ ਜਾਂਦੇ ਐਂਟੀਨਾ ਤਾਂ ਸੈੱਟ ਕਰਨਾ ਹੀ ਪੈਣਾ ਫਿਰ ਹੀ ਆਪਾਂ 24 ਤਰੀਕ ਨੂੰ ਸਿਨੇਮੇ 'ਚ ਬਣਾਏ ਜੂਨ ਦੀਆਂ ਛੁੱਟੀਆਂ ਚ ਭੂਆ ਕੋਲੇ ਆਉਣਾ ਟੱਪਦੀ ਦੁਪਹਿਰ ਵਿੱਚ ਛੱਤ ਤੇ ਖਲੋਣਾ ਅੱਖਾਂ ਅੱਗੇ ਘੁੰਮਦੀ ਦੁੱਤਾਂ ਵਾਲੀ ਉਹ ਜਿਹਨੂੰ ਦੇਖ ਦੇਖ ਨਹੀਂ ਸੀ ਦਿਲ ਭਰਦਾ ਉਹਨੂੰ ਪਤਾ ਕੋਠੇ ਤੇ ਕਿਉਂ ਸੀ ਚੜਦਾ ਲੋਕਾਂ ਪਾਣੀ ਸੈਟੇ ਐਂਟੀਨਾ ਕਰਦਾ ਉਹਨੂੰ ਪਤਾ ਕੋਠੇ ਤੇ ਕਿਉਂ ਸੀ ਚੜਦਾ ਲੋਕਾਂ ਪਾਣੀ ਸੈਟੇ ਐਂਟੀਨਾ ਕਰਦਾ ਕਿਸ ਤਰ੍ਹਾਂ ਟੈਲੀਵਿਜ਼ਨ ਆਇਆ ਕਿਸ ਤਰ੍ਹਾਂ ਲੋਕ ਦੇਖਦੇ ਸਨ ਹਾਂਜੀ ਇੱਕ
नहीं नहीं जी 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 स्टोरी हैगी उस दौर की हुई है जी 80 तो 90 के दौर की ही असं हाँ उस टैलीविजन की गल करते टैलीविजन जो शटर वाला बंद होता हूँ तेन नॉक भी लग जाता हूँ जिन्हें सारा पिंड देखना हाँ उस तो अगे नहीं चले उस तो अगे आप पार्ट टू च बना लेंगे असि हले सभ्याचारी सामभ अपने पंजाब का हाँ जी बिल्कुल बिल्कुल जी बिल्कुल जी महाभारत वाला बाकी सारे के सही गल है उस टाइम जिन्हें भी कोई काम धंधे होंगे सारे अपने नवेड़ के सारे पोस्टपोन कर देंगे भी अब वो चीज़ देखनी देखनी बिल्कुल सही है थैंक यू